ਸਾਡੇ ਬੱਚਿਆਂ ਤੋਂ ਖਾਰ ਖਾਂਦੇ ਸੀ ਜਿਹਦੇ ਕਰਕੇ ਸਾਰੀ ਤਫਤੀਸ਼ ਦੇ ਵਿੱਚ ਆਇਆ ਵੀ ਜਿਹਦੇ ਕਰਕੇ ਇਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ। ਕੀ ਉਸ ਦਿਨ ਦਾ ਕੀ ਵਾਕਿਆ ਸੀ ਪੂਰਾ? ਬਈ ਜੀ, ਰੋਜ਼ ਦੀ ਤਰ੍ਹਾਂ ਜਿਵੇਂ ਸਾਡੇ ਬੱਚੇ ਉੱਧਰ ਖੇਡਣ ਜਾਂਦੇ ਸੀ, ਖੇਡ ਕੇ ਉਵੇਂ ਚੁੱਕਰ ਹੀ ਆ ਰਹੇ ਸੀ। ਇਹਨਾਂ ਨੇ ਕੁਛ ਬੰਦਿਆਂ ਨੇ ਮੇਰੀ ਰੈਕੀ ਕੀਤੀ, ਮੰਨ ਲਓ ਇਨਵੈਸਟੀਗੇਟ ਪਾਰਟ ਸਾਈਬਰ ਸੈੱਲ ਕੋਲ ਪਤਾ ਲੱਗਿਆ ਜਿਵੇਂ ਵੀ ਮੈਂ ਜਦੋਂ ਇੱਥੋਂ ਘਰੋਂ ਗਿਆ ਉਦੋਂ ਵੀ ਉਹਨੇ ਬੰਦੇ ਨੇ ਵੀਡੀਓ ਕਾਲ ਕਰੀਆਂ, ਅਤੇ ਜਦੋਂ ਮੈਂ ਉੱਧਰੋਂ ਤੁਰਿਆ ਬੱਚੇ ਲੈ ਕੇ ਉਦੋਂ ਵੀ ਵੀਡੀਓ ਕਾਲ ਕਰੀਆਂ, ਅਤੇ ਉਹ ਅੱਗੋਂ ਡਾਕਟਰ ਦੇ ਆ ਕੇ ਖੜ੍ਹੇ ਵੀ ਸੀ। ਉਹਨਾਂ ਨੇ ਸਾਰੇ ਘਟਨਾ ਨੂੰ ਇਸ ਕਰਕੇ ਅੰਜਾਮ ਦਿੱਤਾ, ਸਾਰਾ ਕੁਛ ਸਿਸਟਮ ਦੇ ਵਿੱਚ ਇਹਨਾਂ ਦੇ ਕੋਲ ਸਭ ਤਿਆਰ ਸੀ। ਬਈ ਹੁਣ ਤੱਕ ਕੀ ਹੋਇਆਗਾ ਕੇਸ ਦੇ ਵਿੱਚ? ਹੁਣ ਤੱਕ ਬਈ ਜੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਮੰਨ ਲਓ, ਪਰ ਜਿਵੇਂ ਉਹਨਾਂ ਨੇ ਪਹਿਲਾਂ ਵਾਲੇ ਅਰੈਸਟ ਕਰੇ ਸੀਗੇ ਸੇਵਕ ਸਿੰਘ ਵਰਗੇ, ਉਹਨਾਂ ਨੂੰ ਤਾਂ ਸਾਰਾ ਕੁਛ, ਉਹਨਾਂ ਦੀ ਤਾਂ ਸਾਰੀ ਇਨਵੈਸਟੀਗੇਟ ਪਾਰਟ ਮੈਨੂੰ ਦੱਸਿਆ ਗਿਆ ਵੀ ਮਨਪ੍ਰੀਤ ਕੌਰ ਅਤੇ ਅਜੈਬ ਸਿੰਘ ਦੀ ਇਹ ਸਾਰਾ ਅੰਜਾਮ ਇਹਨਾਂ ਨੇ ਦਵਾਇਆ। ਪਰ ਅਜੈਬ ਸਿੰਘ ਅਤੇ ਮਨਪ੍ਰੀਤ ਕੌਰ ਹੈ ਜਿਹੜੀ, ਵੀ ਇਹਨਾਂ ਨੇ ਕਿਉਂ ਰਚਿਆ? ਇਸ ਵਾਸਤੇ ਪੁਲਿਸ ਅੰਦਰੋਂ ਅੰਦਰੀ ਕਿਤੇ ਨਾ ਕਿਤੇ ਇਹ ਚੀਜ਼ਾਂ ਲੁਕੋ ਰਹੀ ਹੈ ਵੀ ਇਹਨਾਂ ਦਾ ਢਿੱਡ 'ਚ ਕੀ ਸੀਗਾ। ਇਹ ਨਹੀਂ ਮੈਨੂੰ ਅਜੇ ਤੱਕ ਦੱਸਿਆ ਗਿਆ ਵੀ ਇਹਨਾਂ ਨੇ ਇਹ ਕਿਉਂ ਖਾਰ ਖਾਂਦੇ ਸੀ ਮੇਰੇ ਬੱਚਿਆਂ ਤੋਂ ਜਾਂ ਸਾਡੇ ਪਰਿਵਾਰ ਤੋਂ। ਕੀ ਮੰਗ ਕੀ ਕਰਦੇ ਹੋ ਤੁਸੀਂ? ਕੀ ਹੋਣਾ ਚਾਹੀਦਾ, ਕਿਸ ਤਰ੍ਹਾਂ ਦਾ ਇਨਸਾਫ ਹੋਣਾ ਚਾਹੀਦਾ? ਬਈ ਇਹਨਾਂ ਨੂੰ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ ਜਾਂ ਇਹਨਾਂ ਨੂੰ ਚੁਰਾਹੇ 'ਚ ਖੜਾ ਕੇ ਸੱਤਾਂ ਨੂੰ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਇਹ ਦੋਨੇ ਪਰਿਵਾਰ ਸ਼ਾਮਿਲ ਨੇ ਇਹ 'ਚ, ਤੀਜਾ ਬੰਦਾ ਇਹਦੇ ਵਿੱਚ ਕੋਈ ਇਨਵੋਲਵ ਨਹੀਂ, ਗਲਤ ਬੰਦਾ ਇਹਦੇ ਕੇਸ ਦੇ ਵਿੱਚ ਕੋਈ ਵੀ ਐਡ ਨਹੀਂ, ਇਹਨਾਂ ਦੋਨਾਂ ਪਰਿਵਾਰਾਂ ਦੀ ਸਾਜਿਸ਼ ਹੈ। ਉਹਨਾਂ ਦਾ ਪਰਿਵਾਰ ਤਾਂ ਸ਼ਾਮਿਲ ਹੈ ਸਾਰਾ, ਉਹਨਾਂ ਦੇ ਘਰ ਪਿਸਤੌਲ ਪਿਆ ਰਿਹਾ, ਤੁਸੀਂ ਐਂ ਮੰਨ ਲਓ ਵੀ ਉਹ ਕੋਈ ਕੰਮ ਨਹੀਂ ਕਰਦੇ, ਕ੍ਰਿਮੀਨਲ ਰਿਕਾਰਡ ਹੈ ਉਸ ਬੰਦੇ ਦਾ, ਕ੍ਰਿਮੀਨਲ ਰਿਕਾਰਡ ਹੈ ਜਿਹਤੋਂ ਅੰਮ੍ਰਿਤ ਤੋਂ ਇਹ ਕੰਮ ਕਰਾਇਆ ਗਿਆ, ਮਨਪ੍ਰੀਤ ਕੌਰ ਦਾ ਸਾਈਬਰ ਸੈੱਲ ਰਾਹੀਂ ਮੰਨ ਲਓ ਅੰਮ੍ਰਿਤ ਨਾਲ ਲਿੰਕ ਅਪ, ਸਭ ਕੁਛ ਪੁਲਿਸ ਕੋਲ ਸਭ ਕੁਛ ਹੈ ਇਨਵੈਸਟੀਗੇਟ ਦੇ ਵਿੱਚ ਹੈ। ਅੱਜ ਪੇਪਰ ਵੀ ਲੈ ਕੇ ਆਏ ਹੋ, ਮਤਲਬ ਕੀ? ਬਈ ਜੀ, ਬੱਚੇ ਦੇ ਮੇਰੇ ਤੋਂ ਲਾਸਟ, ਜਿਵੇਂ ਹੁਣ ਤੁਸੀਂ ਕਹੋਗੇ ਲਾਸਟ ਪੇਪਰ ਹੀ ਹੈਗੇ, ਇਹ ਮੈਂ ਤੁਹਾਨੂੰ ਕੀ ਦੱਸਾਂ ਬਈ ਜੀ, ਇਹਦੇ ਵਾਸਤੇ ਮੇਰਾ, ਮੈਂ ਤੋਂ ਰਿਹਾ ਨਹੀਂ ਗਿਆ ਅੱਜ, ਮੇਰੇ ਬੱਚੇ ਦੀ PTM ਸੀ ਅਤੇ ਮੈਥੋਂ ਇਹ ਆਪਣੀ ਯਾਦਾਂ ਦੇ ਤੌਰ 'ਤੇ ਮੈਂ ਲੈਣ ਗਿਆ ਸੀ। ਆਹ ਦੇਖ ਲਓ ਸਾਰੇ, ਉਹਦੇ ਆਰਟ ਦੇ ਪੇਪਰ ਹੈ, ਆਹ ਦੂਜੇ ਪੇਪਰ ਹੈ, ਇੰਟੈਲੀਜੈਂਟ ਸੀ, ਇਹ ਯਾਦਾਂ ਦੇ ਰੂਪ 'ਚ ਸਾਂਭ ਕੇ ਰੱਖਣ ਵਾਸਤੇ। ਕਿਸ ਤਰ੍ਹਾਂ ਦਾ ਬੱਚੇ ਦਾ, ਕਿਸ ਤਰ੍ਹਾਂ ਦਾ ਸਮਾਂ ਸੀਗਾ ਜਦੋਂ ਤੁਸੀਂ ਉਸਨੂੰ ਮਤਲਬ 6 ਸਾਲ ਤੱਕ ਪਾਲਿਆ, ਹੁਣ ਕਿਸ ਤਰ੍ਹਾਂ ਦਾ ਵਰਤ ਵਰਤੇਵਾ ਸੀ, ਕਿਵੇਂ ਦਾ ਸੀ? ਬੜਾ ਵਧੀਆ ਵਰਤ ਵਰਤੇਵਾ ਸੀ ਬਈ, ਧਾਰਮਿਕ ਬਿਰਤੀ ਵਾਲਾ ਸੁਭਾਅ ਸੀ ਬਈ ਜੀ। ਤਖ਼ਤ ਸਾਹਿਬ ਆਏ ਐਤਵਾਰ, ਜਾਣੇ ਜਾਣਾ ਸੀ, ਸਿੰਘ ਸਾਹਿਬ ਨੂੰ ਵੀ ਮਿਲਿਆ ਹੋਇਆ ਸਪੈਸ਼ਲ, ਤੁਸੀਂ ਐਂ ਮੰਨ ਲਓ ਪੱਗ ਬੰਨਣ ਦਾ ਸ਼ੌਕੀਨ ਸੀ, ਖੇਡਣ ਦਾ ਸ਼ੌਕੀਨ ਸੀ, ਕੱਪੜੇ ਪਾਉਣ ਦਾ, ਟੋਪੀ ਲੈਣ ਦਾ ਸ਼ੌਕੀਨ ਸੀ, ਵੀ ਰੈਡੀ ਰਹਿਣ ਦਾ ਸਕੀਮ, ਸਾਰਾ ਦਿਨ ਵੀ ਰੈਡੀ ਰਹਾ, ਘਰ ਲੋਅਰ ਲੂਰ ਟੀ ਟੂ ਸ਼ਰਟ ਕੁਛ ਨਹੀਂ ਪਾਉਂਦਾ ਸੀ, ਬੂਟ ਪੈਂਟਾਂ ਸ਼ਰਟਾਂ ਸਾਰਾ ਕੁਛ ਵੀ ਪ੍ਰੋਪਰ ਐਨ ਫਿੱਟ ਰੂਪ ਫਿੱਟ ਰਹਿਣਾ ਚਾਹੁੰਦਾ ਸੀ, ਘੜੀ ਘੁੜੀ ਸੋਨੇ ਦਾ ਕੜਾ ਬਣਵਾਇਆ ਸਪੈਸ਼ਲ, ਵੀ ਹਰ ਇੱਕ ਚੀਜ਼ ਦਾ ਸ਼ੌਕੀਨ ਸੀ। ਵੀ ਤੁਸੀਂ ਦੱਸ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਮੇਰਾ ਪੁੱਤ ਕਿੰਨਾ ਸਿਆਣਾ ਸੀ ਅਤੇ ਕਿੰਨਾ ਸਮਝਦਾਰ ਸੀ। ਬੱਚੀ 'ਚ ਸਹਿਮ ਦਾ ਮਾਹੌਲ ਕੋਈ ਦੱਸ ਰਹੇ ਸੀ ਵੀ ਬੱਚੀ ਕੀ ਕਹਿੰਦੀ ਕੀ ਗੱਲ ਕਰਦੀ ਸੀ? ਬਈ ਜੀ, ਬੱਚੀ ਗਿੱਧੇ ਦਾ 16 ਤਰੀਕ ਤੋਂ ਬਾਅਦ ਜਦੋਂ ਦਾ ਇਹ ਹੋਇਆ ਹੈ, ਉਦੋਂ ਬਾਅਦ ਇਹ PGI ਸੀ, ਉਦੋਂ ਬਾਅਦ ਇਹ ਨਾਨਕੀ ਬਾਗੀਆ ਦੇ ਨਾਨੇ ਵਰਗਿਆਂ ਕੋਲ, ਸਾਰਿਆਂ ਨਾਨਾ ਜੀ ਵਰਗਿਆਂ ਕੋਲ। ਤੁਸੀਂ ਐਂ ਮੰਨ ਲਓ ਵੀ ਕੱਲ੍ਹ ਅਸੀਂ ਫੁੱਲ ਪਾ ਕੇ ਆਏ ਹਾਂ, ਫੁੱਲਾਂ ਤੋਂ ਬਾਅਦ ਮੈਂ ਇਹਨੂੰ ਕਿਹਾ ਵਾਈਫ ਨੂੰ ਵੀ ਇਹਨੂੰ ਘਰ ਰੱਖ ਲਓ ਵੀ ਚਲੋ ਹੁਣ ਬਹੁਤ ਦਿਨ ਹੋ ਗਏ ਵੀ ਆਪਾਂ ਵੀ ਇਕੱਲੇ ਹਾਂ। ਅਤੇ ਅੱਗੋਂ ਇਹ ਮੈਨੂੰ ਤਾਂ ਨਹੀਂ ਕੁਛ ਬੋਲੀ, ਆਪਦੀ ਮੰਮੀ ਨੂੰ ਕਹਿੰਦੀ ਮੰਮਾ ਮੈਂ ਨਹੀਂ ਜਾ ਰਹਿਣਾ ਆਪਣੇ ਵਿੰਡੋ ਵਿੱਚ ਦੀ ਕੋਈ ਫਾਇਰ ਮਾਰੂਗਾ, ਮੈਂ ਤਾਂ ਨਾਨਕੀ ਜਾਣਾ ਚਾਹੁੰਦਾ, ਨਾਨਕੀ ਫਿਰ ਬਣਦੀ ਪੂਰਾ ਡਰ ਹੈ ਬਾਈ, ਦਿਮਾਗੀ ਤੌਰ 'ਤੇ ਪੂਰਾ ਡਰੀ ਹੋਈ ਹੈ, ਸਹਿਮੀ ਹੋਈ ਹੈ, ਰੋਂਦੀ ਹੈ, ਰਾਤ ਨੂੰ ਉੱਠ ਕੇ ਰੋਂਦੀ ਵੀ ਹੈ, ਯਾਦ ਵੀ ਕਰਦੀ ਹੈ, ਬਹੁਤ ਡਰੀ ਹੋਈ ਹੈ।